ਇਵਨ ਅੱਜ ਆਪਾਂ ਕਰਾਂਗੇ 8ਵੀਂ ਜਮਾਤ ਦਾ ਪਾਠ ਨੰਬਰ 16 ਗੁਲਾਬ ਦੀ ਫਸਲ ਗੁਲਾਬ ਦੀ ਫਸਲ ਹੈ ਜਿਹੜੀ ਬੇਟਾ ਇੱਕ ਕਵਿਤਾ ਹੈ ਜਿਹੜੀ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਹਰਭਜਨ ਸਿੰਘ ਹੁੰਦਲ ਦੁਆਰਾ ਲਿਖੀ ਗਈ ਹੈ ਇਸ ਕਵਿਤਾ ਦੇ ਵਿੱਚ ਹਰਭਜਨ ਸਿੰਘ ਹੁੰਦਲ ਨੇ ਸਿੱਖ ਧਰਮ ਦੀਆਂ ਕੁਰਬਾਨੀਆਂ ਤੇ ਉਹਨਾਂ ਦੇ ਇਤਿਹਾਸ ਨੂੰ ਬੜੇ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ ਕਵੀ ਕੀ ਲਿਖਦਾ ਹੈ ਕਹਿੰਦਾ ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ ਕਹਿੰਦਾ ਹੈ ਕਿ ਸਾਨੂੰ ਸਾਡੇ ਮਹਾਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤਾ ਹੈ ਅਤੇ ਉਹਨਾਂ ਦੇ ਦਸੇ ਰਾਸਤੇ ਉੱਤੇ ਚੱਲਦੇ ਹੋਏ ਅਸੀਂ ਆਪਣੇ ਧਰਮ ਲਈ ਲੜਨਾ ਅਤੇ ਮਰਨਾ ਜਾਣਦੇ ਹਾਂ ਜਿਵੇਂ ਕਿ ਬਾਬਾ ਦੀਪ ਸਿੰਘ ਨੇ ਸੀਸ ਤਲੀ ਉੱਤੇ ਰੱਖ ਕੇ ਭਾਵ ਕਿ ਆਪਣਾ ਸਿਰ ਤਲੀ ਉੱਤੇ ਲੜ ਧਰ ਕੇ ਲੜਾਈ ਕੀਤੀ ਅਤੇ ਆਪਣੇ ਧਰਮ ਦੇ ਵਿੱਚ ਪੱਕੇ ਰਹੇ ਤਤੀ ਤਵੀ ਤੇ ਬੈਠ ਅਡੋਲ ਰਹੀਏ ਆਰੇ ਹੀਠ ਵੀ ਜ਼ਿੰਦਗੀ ਮਾਣਦੇ ਹਾਂ ਅਸੀਂ ਸਾਡੇ ਮਹਾਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਤਤੀ ਤਵੀ ਉੱਤੇ ਬੈਠ ਕੇ ਵੀ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਅਤੇ ਭਾਈ ਮਤੀ ਦਾਸ ਜੀ ਤੋਂ ਜਿਨ੍ਹਾਂ ਨੂੰ ਕਿਾਰੇ ਨਾਲ چیرਿਆ ਗਿਆ ਉਹਨਾਂ ਤੋਂ ਸਾਨੂੰ ਆਰੇ ਹੀਠਾਂ ਵੀ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ ਦੀ ਸਿੱਖਿਆ ਮਿਲਦੀ ਹੈ ਸੀਸਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਯੂਜਣਾ ਦੱਸਦੇ ਨੇ ਸੀਸਗੰਜ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸਿਰ ਸੀ ਧੜ ਤੋਂ ਅਲੱਗ ਕੀਤਾ ਗਿਆ ਅਤੇ ਚਮਕੌਰ ਦੀ ਗੜੀ ਹੈ ਬੇਟਾ ਉਹ ਥਾਂ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਧਰਮ ਲਈ ਲੜਦੇ ਹੋਏ ਸ਼ਹੀਦ ਹੋ ਗਏ ਸੀ ਕਹਿੰਦੇ ਇਹ ਦੋਵੇਂ ਥਾਵਾਂ ਨੇ ਜਿਹੜੀਆਂ ਸਾਨੂੰ ਅੱਜ ਵੀ ਆਪਣੇ ਧਰਮ ਲਈ ਲੜਨ ਤੇ ਮਰਨ ਦੀ ਸਿੱਖਿਆ ਦਿੰਦੀਆਂ ਨੇ ਜਾ ਕੇ ਪੁੱਛ ਲੋ ਕੰਧ ਸਰਹੰਦ ਦੀ ਨੂੰ ਬਾਲ ਚਿਣੇ ਹੋਏ ਕਿਦਾਂ ਹੱਸਦੇ ਨੇ ਸਰਹੰਦ ਦੀ ਉਹ ਕੰਧ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਨੀਹਾਂ ਵਿੱਚ ਚੜਵਾਇਆ ਸੀ ਕਹਿੰਦੇ ਉਹਨਾਂ ਤੋਂ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਛੋਟੇ-ਛੋਟੇ ਬੱਚਿਆਂ ਨੇ ਵੀ ਕਿਸ ਤਰ੍ਹਾਂ ਹੱਸਦੇ ਹੋਏ ਆਪਣੇ ਧਰਮ ਦੇ ਲਈ ਕੁਰਬਾਨੀ ਦਿੱਤੀ ਸੀ ਮੀਰ ਮੰਨੂ ਨੇ ਬਾੜੀਆਂ ਲੱਖ ਪਾਈਆਂ ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ ਕਹਿੰਦੇ ਜ਼ਾਲਮ ਹੁਕਮਰਾਨ ਜਿਹੜਾ ਮੀਰ ਮੰਨੂ ਸੀ ਉਸ ਨੇ ਸਿੱਖਾਂ ਨੂੰ ਫਸਲ ਦੀ ਤਰ੍ਹਾਂ ਵੜਨਾ ਸ਼ੁਰੂ ਕਰ ਦਿੱਤਾ ਸੀ ਪਰ ਸਿੱਖ ਸੀ ਜਿਹੜੇ ਫੇਰ ਵੀ ਉਹ ਖਤਮ ਨਾ ਹੋਏ ਸਿੱਖੀ ਦੀ ਜਿਹੜੀ ਫਸਲ ਸੀ ਸਗੋਂ ਖਤਮ ਹੋਣ ਦੀ ਥਾਂ ਉਹ ਦੁੱਗਣੀ ਚੌਗਣੀ ਪੁੰਗਰੀ ਅਤੇ ਇੱਕ ਬਗੀਚੇ ਦੀ ਤਰ੍ਹਾਂ ਖੇੜ ਤਈ ਸੀ ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ ਜਦੋਂ ਕਹਿੰਦੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਮੀਰ ਮੰਨੂ ਸੀ ਜਿਹੜਾ ਉਹ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦਾ ਸੀ ਭਾਵੇਂ ਜਿਹੜਾ ਵੀ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਸੀ ਉਸ ਨੂੰ ਉਸ ਦੇ ਬਦਲੇ ਪੈਸਾ ਦਿੱਤਾ ਜਾਂਦਾ ਸੀ ਕਹਿੰਦੇ ਅਜੇ ਹੀ ਸਥਿਤੀ ਦੇ ਵਿੱਚ ਵੀ ਸਾਡੇ ਜਿਹੜੇ ਸਿੱਖ ਸੀ ਉਹਨਾਂ ਦੇ ਹੌਸਲੇ ਬੁਝਣ ਦੀ ਥਾਂ ਹੋਰ ਵੀ ਅੱਗ ਦੀ ਤਰ੍ਹਾਂ ਭੜਕ ਪਏ ਸਨ ਬੰਦ-ਬੰਦ ਵੀ ਕੱਟ ਕੇ ਵੇਖ ਚੁੱਕੇ ਫੁੱਲ ਮਹਿਕਣੋਂ ਜ਼ਰਾ ਨਾ ਬੰਦ ਹੋਏ ਕਹਿੰਦਾ ਸਾਡੇ ਜਿਹੜੇ ਸਿੱਖਾਂ ਨੂੰ ਉਹਨਾਂ ਨੂੰ ਭਾਈ ਮਨੀ ਸਿੰਘ ਜਿਹੜਾ ਉਹਨਾਂ ਨੂੰ ਬੰਦ ਬੰਦ ਕਟਿਆ ਗਿਆ ਭਾਵ ਕੇ ਸਰੀਰ ਦੇ ਛੋਟੇ ਛੋਟੇ ਹਿੱਸੇ ਕਰਕੇ ਕਟਣਾ ਉਹਨਾਂ ਨੂੰ ਥੋੜਾ ਥੋੜਾ ਕਟਣਾ ਕਹਿੰਦਾ ਸਿੱਖਾਂ ਦੇ ਉਹਨਾਂ ਨੇ ਬੰਦ ਬੰਦ ਵੀ ਕੱਟ ਕੇ ਵੇਖੇ ਪਰ ਜਿਹੜੇ ਸਿੱਖਾਂ ਦੀ ਏ ਫਸਲ ਆ ਉਹ ਕਦੇ ਵੀ ਮੈਕਣੋ ਬੰਦ ਨਹੀਂ ਹੋਈ ਭਾਵ ਕੇ ਸਿੱਖ ਨੇ ਜਿਹੜੇ ਆਪਣੇ ਧਰਮ ਲਈ ਕੁਰਬਾਨੀਆਂ ਦੇਣੋ ਕਦੇ ਵੀ ਰੁਕੇ ਨਹੀਂ ਚਾੜ ਚਰਖੜੀ ਪਰਖ ਦੇ ਯੋਧਿਆਂ ਨੂੰ ਸਾਡੇ ਕੱਦ ਸੀ ਹੋਰ ਬੁਲੰਦ ਹੋਏ ਕਹਿੰਦੇ ਸਾਡੇ ਜਿਹੜੇ ਬਹਾਦਰ ਸੂਰਮੇ ਸੀ ਉਹਨਾਂ ਨੂੰ ਚਾਰ ਖੜੀਆਂ ਉੱਤੇ ਚਾੜ ਕੇ ਉਹਨਾਂ ਦੇ ਸਬਰ ਨੂੰ ਪਰਖਿਆ ਗਿਆ ਪਰ ਸਾਡੇ ਇਹਨਾਂ ਸਿੱਖਾਂ ਦੇ ਹੌਸਲੇ ਜਿਹੜੇ ਘਟਣ ਦੀ ਥਾਂ ਹੋਰ ਵੀ ਉਹਨਾਂ ਦੇ ਕਦ ਸੀ ਹੋਰ ਵੀ ਉੱਚੇ ਹੁੰਦੇ ਗਏ ਉਹਨਾਂ ਦੀ ਸਖਸ਼ੀਅਤ ਹੋਰ ਵੀ ਨਿਖਰਦੀ ਗਈ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ ਛੋਟੇ ਜਿਗਰ ਦੇ ਭਾਵ ਕੇ ਮਾਵਾਂ ਦੇ लाडले ਬੱਚੇ ਅਸੀਂ ਜਿਹੜੇ ਉਹਨਾਂ ਦੇ ਸਾਹਮਣੇ ਜਿਹੜੀਆਂ ਸਿੱਖ ਮਾਵਾਂ ਸੀ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਂਦਾ ਸੀ ਉਹਨਾਂ ਦੇ ਟੋਟੇ ਕੀਤੇ ਜਾਂਦੇ ਸਨ ਤੇ ਮਾਵਾਂ ਉਹਨਾਂ ਦੇ ਛੋਟੇ-ਛੋਟੇ ਟੁਕੜਿਆਂ ਨੂੰ ਆਪਣੀ ਝੋਲੀ ਵਿੱਚ ਪਵਾਉਂਦੀਆਂ ਆਪਣੇ ਸਬਰ ਨੂੰ ਡੋਲਣ ਨਹੀਂ ਸੀ ਦਿੰਦੀਆਂ ਉੱਚਾ ਸੁੱਟ ਕੇ ਬੋਚਦੇ ਨੀਜਿਆਂ ਤੇ ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ ਉਹ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਸਾਹਮਣੇ ਉੱਚਾ ਸੁੱਟ ਕੇ ਨੀਜਿਆਂ ਉੱਪਰ ਬੋਚਦੇ ਸਨ ਅਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਮਾਰਦੇ ਸਨ ਪਰ ਉਹ ਮਾਵਾਂ ਫੇਰ ਵੀ ਇੰਨਾਂ ਚੀਜ਼ਾਂ ਨੂੰ ਦੇਖ ਕੇ ਬਿਲਕੁਲ ਵੀ ਘਬਰਾਉਂਦੀਆਂ ਨਹੀਂ ਸੀ ਇਸ ਮਿੱਟੀ ਦੇ ਨਾਲ ਹੈ ਮੋਹ ਸਾਨੂੰ ਨਾਲ ਲਹੂ ਦੇ ਇਸ ਨੂੰ ਰੰਗਦੇ ਰਹੇ ਕਹਿੰਦੇ ਸਾਨੂੰ ਆਪਣੇ ਇਸ ਦੇਸ਼ ਦੀ ਮਿੱਟੀ ਨਾਲ ਇੰਨਾ ਪਿਆਰ ਹੈ ਕਿ ਅਸੀਂ ਉਸਰੇ ਕੁਰਬਾਨੀਆਂ ਦੇ ਕੇ ਉਸ ਦੀ ਉਸ ਨੂੰ ਹਮੇਸ਼ਾ ਆਪਣੇ ਖੂਨ ਨਾਲ ਰੰਗਦੇ ਰਹੇ ਹਾਂ ਕਾਨੂਵਾਨ ਦੇ ਜੰਗਲਾਂ ਵਿੱਚ ਬੈਠੇ ਖੈਰ ਦੇਸ਼ ਦੀ ਫੇਰ ਵੀ ਮੰਗਦੇ ਰਹੇ ਕਹਿੰਦਾ ਛੋਟੇ ਘੱਲੂ ਘਾਰੇ ਦੇ ਸਮੇ ਜਿਹੜੇ ਸਿੱਖ ਸੀ ਉਹ ਕਾਨੂਵਾਨ ਦੇ ਜੰਗਲਾਂ ਵਿੱਚ ਬੈਠੇ ਵੀ ਆਪਣੇ ਦੇਸ਼ ਦੀ ਹੀ ਸੁੱਖ ਮੰਗਦੇ ਰਹੇ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗੇ ਉੱਤੇ ਕਹਿੰਦਾ ਸਾਡਾ ਜਿਹੜਾ ਕੁਰਬਾਨੀਆਂ ਭਰਿਆ ਇਤਿਹਾਸ ਆ ਉਹ ਸਾਡ ਨੂੰ ਇਹ ਦਿਖਾਉਂਦਾ ਹੈ ਕਿ ਸਾਡੀ ਜਿਹੜੀ ਬਹਾਦਰੀ ਆ ਜਿਹੜੀ ਸੂਰਮਗਤੀ ਆ ਉਹ ਹਮੇਸ਼ਾ ਹੀ ਸਾਨੂੰ ਆਪਣੇ ਧਰਮ ਦੇ ਰਾਹ ਉੱਤੇ ਚੱਲਣ ਦੀ ਸਿੱਖਿਆ ਦਿੰਦੀ ਹੈ ਕਹਿੰਦਾ ਆਣਖ ਸਿੱਧਕ ਤੇ ਧਰਮ ਲਈ ਦ੍ਰਿੜ ਰਹਿ ਕੇ ਜਿਹੜਾ ਸਾਡਾ ਸ਼ਹੀਦੀਆਂ ਪਾਉਣ ਦਾ ਇਤਿਹਾਸ ਹੈ ਉਹ ਸਾਨੂੰ ਹਮੇਸ਼ਾ ਹੀ ਯਾਦ ਕਰਵਾਉਂਦਾ ਹੈ ਕਿ ਅਸੀਂ ਆਪਣੇ ਧਰਮ ਲਈ ਕੀ ਕਰਨਾ ਹੈ ਸਾਨੂੰ ਮਾਣ ਹੈ ਲਹੂ ਦੇ ਰੰਗੇ ਉੱਤੇ ਕਹਿੰਦਾ ਸਾਡਾ ਜਿਹੜਾ ਇਤਿਹਾਸ ਹੈ ਕੁਰਬਾਨੀਆਂ ਭਰਿਆ ਸਾਨੂੰ ਆਪਣੇ ਇਸ ਇਤਿਹਾਸ ਤੇ ਉਹਨਾਂ ਦੀਆਂ ਕੁਰਬਾਨੀਆਂ ਉੱਤੇ ਬਹੁਤ ਮਾਣ ਹੈ ਅਸੀਂ ਜਾਣਦੇ ਹਾਂ ਕਿ ਇੰਜ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਇੱਕ ਵੀ ਮਾਂਗੇ ਉੱਤੇ ਕਹਿੰਦਾ ਇਸ ਤਕ ਕੁਰਬਾਨੀਆਂ ਪਰੇ ਇਤਿਹਾਸ ਨੂੰ ਦੇਖਦੇ ਹੋਏ ਅਸੀਂ ਵੀ ਆਪਣੇ ਧਰਮ ਲਈ ਕੁਰਬਾਨੀ ਦੇਣਾ ਜਾਣਦੇ ਹਾਂ ਕਿ ਜੇਕਰ ਸਾਡਾ ਧਰਮ ਜਿਹੜਾ ਸਾਤੋਂ ਕੁਰਬਾਨੀਆਂ ਦੀ ਮੰਗ ਕਰਦਾ ਹੈ ਤਾਂ ਅਸੀਂ ਉਸ ਲਈ ਕਿਵੇਂ ਕੁਰਬਾਨ ਹੋਣਾ ਹੈ ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਕੋਇਲ ਆਣ ਕੇ ਉਸ ਤਾਂ ਚੈਕਦੀ ਹੈ ਕਹਿੰਦਾ ਜਦੋਂ ਦਰਖਤ ਜਿਹੜਾ ਅੰਬ ਦਾ ਦਰਖਤਾ ਉਸ ਪਰ ਬੂਰ ਪੈ ਜਾਂਦਾ ਹੈ ਉਸ ਤੇ ਫਲ ਜਿਹੜਾ ਲੱਗਣ ਦੇ ਸਮਾਂ ਆ ਜਾਂਦਾ ਹੈ ਕੋਇਲਾ ਜਿਹੜੀ ਉਸ ਥਾਂ ਤੇ ਆ ਕੇ ਚੈਕਣਾ ਸ਼ੁਰੂ ਕਰ ਦਿੰਦੀ ਹੈ ਉਸੇ ਤਰ੍ਹਾਂ ਜਿੱਥੇ-ਜਿੱਥੇ ਸ਼ਹੀਦਾਂ ਦੀ ਰਾਤ ਡੁੱਲੇ ਉਥੇ ਫਸਲ ਗੁਲਾਬ ਦੀ ਮਹਿਕਦੀ ਹੈ ਭਾਵੇਂ ਕਿਸ ਵੀ ਧਰਮ ਦੇ ਕੌਮ ਦੇ ਲੋਕ ਨੇ ਜਿਹੜੇ ਆਪਣੇ ਦੇਸ਼ ਜਾਂ ਧਰਮ ਲਈ ਕੁਰਬਾਨੀ ਦਿੰਦੇ ਨੇ ਉਥੇ ਜਿਹੜੀ ਗੁਲਾਬ ਦੀ ਫਸਲ ਆ ਹਮੇਸ਼ਾ ਮਹਿਕਦੀ ਹੈ ਭਾਵੇਂ ਉਹ ਜਿਹੜਾ ਧਰਮ ਹੈ ਤੇ ਉਹ ਕੌਮ ਆ ਹਮੇਸ਼ਾ ਵਾਧੀ ਫੁੱਲਦੀ ਹੈ ਜਿੱਥੋਂ ਦੇ ਲੋਕ ਨੇ ਜਿਹੜੇ ਆਪਣੇ ਧਰਮ ਕੌਮ ਲਈ ਸ਼ਹੀਦियां ਦੇਣ ਲਈ ਤਿਆਰ ਰਹਿੰਦੇ ਨੇ